ਵੱਡਾ ਹੁੰਦਾ ਹੈ ਨਾ ਤੇ ਦੁਨੀਆ ਦੇਖਦਾ ਹੈ ਨਾ, ਜਿਉਂ ਜਿਉਂ ਬੰਦਾ ਮੈਚਿਓਰ ਹੁੰਦਾ ਉਹਨੂੰ ਚੀਜ਼ਾਂ ਸਮਝ ਆਉਣੀਆਂ ਹੈ ਨਾ। ਦੋ ਤਿੰਨ ਯਾਨੀ ਕਿ ਬੰਦੇ ਇਹੋ ਜਿਹੇ, ਮੈਂ ਕਦੋਂ ਵੀ ਲਾਈਵ ਹੋ ਜਾਣਾ, ਕਦੋਂ ਵੀ ਲਾਈਵ, ਕੋਈ ਵੀ ਕਦੋਂ ਵੀ ਲਾਈਵ ਹੋ ਜਾਏ ਹੈ ਨਾ, ਅਤੇ ਆਹ ਮਿਰਚ ਜੀ ਵਾਲਾ ਆਪਸ਼ਨ ਭੇਜ ਕੇ ਜਾਂ ਫਲਾਨਾ, ਯਾਰ ਕੀ ਨੈਗੇਟਿਵਿਟੀ, ਸਾਰਾ ਦਿਨ ਨੈਗੇਟਿਵਿਟੀ ਨਾ ਕਰਿਆ ਕਰੋ ਹੈ ਨਾ। ਚੰਗੀਆਂ ਚੀਜ਼ਾਂ ਬਹੁਤ ਨੇ ਹੈ ਨਾ, ਬਹੁਤ ਲੋਕ ਮੇਰੇ ਬਾਰੇ ਬੋਲਦੇ ਨੇ ਵੀ ਬੋਲੇ ਇਹ ਹੈ ਨਾ, ਮੈਂ ਡਾਰਲਿੰਗ ਉਹ ਫੇਸ 'ਚੋਂ ਲੰਘ ਚੁੱਕਿਆ ਅਤੇ ਨਾ ਹੀ ਮੈਨੂੰ ਚਾਹੇ ਕੋਈ ਮੇਰੇ ਸਾਹਮਣੇ ਮਿਰਚਾਂ ਦਾ ਥੱਲੇ ਲੈ ਕੇ ਖੜ ਜੇ, ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ ਨਾ। ਸੋ ਮੈਂ ਸਾਰਿਆਂ ਨੂੰ ਪਿਆਰ ਕਰਦਾ, ਠੀਕ ਹੈ। ਇੱਕ ਫੇਜ਼ ਹੁੰਦਾ ਬੰਦੇ ਦਾ ਅਤੇ ਉਹਦੇ 'ਚ ਮੈਂ ਲੰਘ ਗਿਆ, ਸਾਰੇ ਲੰਘਦੇ ਨੇ, ਸਾਰੇ ਸਿਆਣੇ ਹੁੰਦੇ ਨੇ, ਅਤੇ ਮੈਨੂੰ ਛਿੱਕੂ ਫਰਕ ਨਹੀਂ ਪੈਂਦਾ ਕਿਸੇ ਨਾਲ ਕੋਈ ਕੀ ਕਰਦਾ, ਕਿੰਨੇ ਜੋਗਾ, ਕੌਣ ਕੀ ਹੈ, ਹੈ ਨਾ। ਮੈਂ ਆਪਦੇ ਜਮ 'ਤੇ ਹੈਗਾ, ਮੈਂ ਆਪਦਾ, ਠੀਕ ਹੈ, ਜਦੋਂ ਜਿਹੜਾ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਮੈਂ ਕੀ ਹਾਂ, ਠੀਕ ਹੈ ਨਾ। ਸੋ ਇਹੋ ਜਿਹੀਆਂ ਚੀਜ਼ਾਂ ਮੇਰੇ ਨਾਲ ਨਾ ਕਰਿਆ ਕਰੋ, ਮੈਂ ਤੁਹਾਨੂੰ ਪਤਾ ਮੈਂ ਕਿਸ ਚੀਜ਼ ਦਾ ਮਾਲਕ ਹਾਂ, ਹੈ ਨਾ। ਅਤੇ ਮੈਂ ਇਹ ਮੈਂ ਸਾਰਿਆਂ ਨਾਲ ਨਿਮਰਤਾ ਨਾਲ ਪਿਆਰ ਨਾਲ ਰਹਿਣਾ ਚਾਹੁੰਦਾ। ਸੋ ਨੈਗੇਟਿਵਿਟੀ ਨਾ ਕਰਿਆ ਕਰੋ ਕਦੇ, ਕਿਸੇ ਨੂੰ ਕੋਈ ਚੰਗਾ ਨਹੀਂ ਲੱਗਦਾ, ਕਈਆਂ ਨੂੰ ਮੈਂ ਨਹੀਂ ਚੰਗਾ ਲੱਗਦਾ ਹੋਣਾ, ਜਮਾਂ ਨਾ ਦੇਖਿਆ ਕਰੋ ਯਾਰ, ਤੁਹਾਨੂੰ ਵੀ ਤੁਸੀਂ ਵੀ ਨੈਗੇਟਿਵ ਹੁੰਦੇ ਹੋ, ਜਦੋਂ ਕਿਸੇ ਬੰਦੇ ਨੂੰ ਤੁਸੀਂ ਚੰਗਾ ਹੀ ਨਹੀਂ ਮੰਨਦੇ ਤਾਂ ਉਹਨੂੰ ਦੇਖਿਆ ਨਾ ਕਰੋ, ਹੈ ਨਾ। ਸੋ ਫਿਰ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਯਾਰ ਇਹ ਐਂ ਕਿਉਂ ਹੋ ਰਿਹਾ, ਐਂ ਕਿਉਂ ਹੁੰਦਾ। ਸੋ ਨੈਗੇਟਿਵਿਟੀ ਹੁੰਦੀ ਹੈ ਨਾ ਜ਼ਿੰਦਗੀ ਦੇ ਵਿੱਚ, ਜਦੋਂ ਨੈਗੇਟਿਵਿਟੀ ਤੁਸੀਂ ਨੈਗੇਟਿਵ ਸੋਚਦੇ ਹੋ ਤਾਂ ਤੁਸੀਂ ਆਪ ਹੀ ਪਿੱਛੇ ਰਹਿ ਜਾਂਦੇ ਹੋ, ਨੈਗੇਟਿਵਿਟੀ ਸਭ ਤੋਂ ਵੱਡਾ ਦੁਸ਼ਮਣ ਹੈ ਬੰਦੇ ਦਾ। ਸੋ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਇਹੀ ਚੀਜ਼ ਸਿੱਖੀ ਹੈ, ਠੀਕ ਹੈ ਨਾ। ਸੋ ਪੋਜ਼ਿਟਿਵ ਰਿਹਾ ਕਰੋ, ਠੀਕ ਹੈ, ਐਵੇਂ ਮਚਾਉਣ ਦਾ ਕੋਈ ਫਾਇਦਾ ਨਹੀਂ ਆਪਦੀ, ਅਤੇ ਇੱਥੋਂ ਤਾਂ ਸਿਸਟਮ ਐਂ ਚੱਲਣਾ ਹੈ ਨਾ, ਜਿੰਨੀ ਕਿਸਮਤ ਦੇ ਵਿੱਚ ਲਿਖਤੀ ਉਹਨੇ ਟੰਗ ਕੇ ਰੱਖਾਂਗੇ ਅਸੀਂ, ਅਤੇ ਅਸੀਂ ਚਲਾਵਾਂਗੇ, ਠੀਕ ਹੈ ਨਾ। ਜਿੰਨਾ ਮਰਜ਼ੀ ਚਾਹੇ ਤੁਸੀਂ ਇੱਥੇ ਸ਼ਿਮਲਾ ਮਿਰਚਾਂ ਲਾਇਓ, ਜਿਹੜੀਆਂ ਮਰਜ਼ੀ ਲਾਇਓ, ਹਨੇਰੀ ਠਾ ਕੇ ਰੱਖਾਂਗੇ, ਜਿਹੜੀ ਜਿੰਨਾ ਚਿਰ ਰਹਾਂਗੇ ਤਾਂ ਹੀ ਰਹਾਂਗੇ, ਠੀਕ ਹੈ ਨਾ। ਸੋ ਪੋਜ਼ਿਟਿਵ ਰਿਹਾ ਕਰੋ ਮੇਰਾ ਵੀਰ, ਨਾ ਨੈਗੇਟਿਵ ਆਪ ਹੋਇਆ ਕਰੋ, ਨਾ ਕਿਸੇ ਨੂੰ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਅਤੇ ਜਿਹੜਾ ਬੰਦਾ ਕੋਈ ਨਾ ਕੁਛ ਇੱਥੇ ਸਿਸਟਮ ਲਾਈ ਬੈਠਾ, ਉਹ ਨੈਗੇਟਿਵ, ਤੁਹਾਡੀ ਨੈਗੇਟਿਵਿਟੀ ਉਹਨੂੰ ਕੱਖ ਛਿੱਕੂ ਵੀ ਨਹੀਂ ਹੁੰਦਾ ਉਹਦੀ ਨੈਗੇਟਿਵ, ਤੁਹਾਡੀ ਨੈਗੇਟਿਵਿਟੀ ਨਾਲ ਉਹਦਾ, ਠੀਕ ਹੈ ਨਾ। ਸੋ ਮੈਂ ਇਹੀ ਕਹਿੰਦਾ, ਮੈਂ ਬਾਹਲੀ ਵਾਰੀ ਨੋਟ ਕਰ ਦਿੰਦਾ, ਮੈਂ ਇਗਨੋਰ ਕਰ ਦਿੰਦਾ ਹੁੰਦਾ, ਚਲੋ ਜੀ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਤਾ ਵੀ ਆਪਦਾ ਸਿਸਟਮ 'ਚ ਰਿਹਾ ਕਰੋ, ਆਪਦਾ ਟਾਈਮ ਪਾਸ ਕਰ ਲਓ, ਜੇ ਤੁਕ ਛਿਪਕੇ ਹੁੰਦਾ ਕੋਈ ਉਹ ਨਹੀਂ ਹੈਗਾ ਨਾ। ਚੰਗਾ ਚੰਗਾ ਸੋਚਿਆ ਕਰੋ, ਅਤੇ ਆਪਦੇ ਬਾਰੇ ਵੀ ਚੰਗਾ ਸੋਚਿਆ ਕਰੋ, ਦੂਜੇ ਬਾਰੇ ਵੀ ਚੰਗਾ ਸੋਚਿਆ ਕਰੋ, ਜੇ ਦੂਜੇ ਬਾਰੇ ਨਹੀਂ ਸੋਚ ਸਕਦੇ ਤਾਂ ਮਾੜਾ ਵੀ ਨਾ ਸੋਚਿਆ ਕਰੋ। ਇਹੀ ਜ਼ਿੰਦਗੀ, ਚੰਗੀ ਜ਼ਿੰਦਗੀ ਲੀਡ ਕਰਨ ਦਾ, ਆਪਦੇ ਹੈ ਨਾ ਗੋਲਸ ਨੂੰ ਯਾਨੀ ਕਿ ਅਚੀਵ ਕਰਨ ਦਾ, ਇਹੀ ਸਭ ਤੋਂ ਬੜੀ ਚੀਜ਼ ਹੈ। ਜੇ ਲੋਕਾਂ ਦੀਆਂ ਲੱਤਾਂ ਖਿੱਚਦੇ ਰਹਿ ਜਾਓਗੇ ਤਾਂ ਆਪਦਾ ਕਦੇ ਕੋਈ ਗੋਲ ਅਚੀਵ ਨਹੀਂ ਕਰ ਸਕਦੇ ਤੁਸੀਂ, ਠੀਕ ਹੈ ਨਾ। ਉਹਦਾ ਵਧੀਆ ਕੰਮ ਕਰੋ, ਸਾਰੇ ਚੰਗੇ ਨੇ, ਕੋਈ ਦਿੱਕਤ ਨਹੀਂ। ਮੇਰੀ ਕਈ ਬੰਦਿਆਂ ਨਾਲ ਨਹੀਂ ਰਾਈਵਲਰੀ ਬਣਦੀ ਹੋਣੀ, ਮੈਨੂੰ ਨਹੀਂ ਉਹ ਚੰਗੇ ਲੱਗਦਾ, ਠੀਕ ਹੈ, ਤੁਸੀਂ ਕਿਆ ਲੈਣਾ ਉਸ ਚੀਜ਼ ਤੋਂ, ਤੁਸੀਂ ਆਪਦਾ ਨਜ਼ਾਰਾ ਲਓ, ਮੈਂ ਆਪਦਾ ਨਜ਼ਾਰਾ ਲੈ ਰਿਹਾ, ਠੀਕ ਹੈ ਨਾ। ਸੋ ਪੋਜ਼ਿਟਿਵ ਰਿਹਾ ਕਰੋ ਮੇਰਾ ਵੀਰ, ਹੈ ਨਾ। ਦੁਨੀਆ 'ਤੇ ਨੈਗੇਟਿਵਿਟੀ ਉਹ ਵੀ ਬਹੁਤ ਹੈਗੀ, ਲੋਕ ਲੋਕਾਂ ਨਾਲ ਲੜੀ ਜਾਂਦੇ ਨੇ, ਗਾਲਾਂ ਕੱਢੀ ਜਾਂਦੇ ਨੇ, ਹੈ ਨਾ। ਸੋ ਸੋਸ਼ਲ ਮੀਡੀਆ, ਮੈਨੂੰ ਪਤਾ ਕਈ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਸੋਸ਼ਲ ਮੀਡੀਆ 'ਤੇ ਫਰਸਟ੍ਰੇਸ਼ਨ ਕੱਢਦੇ ਨੇ, ਉਹਨਾਂ ਨਾਲ ਇਹ ਹੁੰਦਾ ਵੀ ਨਾ ਤਾਂ ਉਹਨਾਂ ਦੇ ਘਰ ਕੋਈ ਸੁਣਦਾ, ਸਿੱਧੇ ਮੱਥੇ ਉਹ ਕਿਸੇ ਦੇ ਥੱਪੜ ਤੱਕ ਨਹੀਂ ਮਾਰ ਸਕਦੇ, ਫਿਰ ਉਹਨਾਂ ਕੋਲ ਇਕੱਲਾ ਸੋਸ਼ਲ ਮੀਡੀਆ 'ਤੇ ਫੇਕ ਆਈਡੀਆਂ ਰਹਿ ਜਾਂਦੀਆਂ ਹੁੰਦੀਆਂ ਵੀ ਜਿਹੜੀਆਂ ਬੋਲਦੀਆਂ ਹੁੰਦੀਆਂ ਹੈ ਨਾ। ਸੋ ਇਹ ਚੀਜ਼ ਮਾੜੀ ਗੱਲ ਹੈ ਜਾਨ, ਇਹ ਇਹਨਾਂ ਚੀਜ਼ਾਂ ਤੋਂ ਦੂਰ ਰਿਹਾ ਕਰੋ, ਪੋਜ਼ਿਟਿਵ ਜ਼ਿੰਦਗੀ ਪਰਮਾਤਮਾ ਨੇ ਦਿੱਤੀ ਹੈ, ਚੰਗੇ ਪਾਸੇ ਲਾਓ ਇਹਨੂੰ, ਹੈ ਨਾ। ਸੋ ਇਹਨਾਂ ਐਵੇਂ ਘਬਰਾਹਟ ਨਾ ਕਰਿਆ ਕਰੋ, ਨਾ ਮੈਨੂੰ ਇਹਨਾਂ ਚੀਜ਼ਾਂ ਨਾਲ ਫਰਕ ਪੈਂਦਾ, ਨਾ ਕੁਛ ਹੋਰ ਹੁੰਦਾ, ਨਾ ਕੋਈ ਵੀ ਨਹੀਂ, ਕੋਈ ਵੀ ਬੰਦਾ ਜਿਹਨੂੰ ਵੀ ਤੁਸੀਂ ਸਮਝਦੇ ਹੋ ਤੁਹਾਨੂੰ ਵਧੀਆ ਲੱਗਦਾ, ਵਧੀਆ ਗੱਲ ਹੈ, ਵਧੀਆ ਹੁਣ ਲੱਗਣਾ ਚਾਹੀਦਾ, ਅਤੇ ਪਰ ਆਪਣੇ 'ਤੇ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਹੈਗਾ ਨਾ। ਮੈਂ ਆਪਦੀ ਜ਼ਿੰਦਗੀ ਜਿਉਂ ਰਿਹਾ, ਹੈ ਨਾ, ਆਪਦਾ ਘੈਂਟ ਤਰੀਕੇ ਨਾਲ, ਅਤੇ ਜਦੋਂ ਮੈਨੂੰ ਪਹਿਲੀ ਗੱਲ ਤਾਂ ਮੈਨੂੰ ਕਿਸੇ ਨੂੰ ਪ੍ਰੂਵ ਕਰਨ ਦੀ ਲੋੜ ਨਹੀਂ, ਮੈਂ ਕਿੰਨੇ ਕੁ ਜੋਗਾਂ, ਅਤੇ ਜਿੱਦਣ ਮੈਨੂੰ ਪ੍ਰੂਵ ਕਰਨਾ ਪਿਆ ਤਾਂ ਮੈਂ ਚੰਗੀ ਤਰੀਕੇ ਨਾਲ ਉਸ ਚੀਜ਼ 'ਚ ਸਮਰੱਥ ਹਾਂ। ਮੈਂ ਹਰੇਕ ਨੂੰ ਜਿੱਦਣ ਮੇਰੇ ਨਾਲ ਕੋਈ ਮਾੜੀ ਮੋਟੀ ਇੱਕੀ ਦੁੱਕੀ ਕਰੂਗਾ, ਮੈਂ ਆਪਦਾ ਸਾਹਮਣ ਨੂੰ ਮੇਰੇ ਕੋਲ ਹੈਗਾ ਤਾਮ ਛਾਮ, ਅਤੇ ਮੈਂ ਆਪਦਾ ਕੰਪੀਟ ਕਰ ਲਊਂਗਾ, ਹੈ ਨਾ। ਜਿਹਦੇ ਕੋਲ ਟੈਲੈਂਟ ਹੁੰਦਾ ਉਹਨੂੰ ਬਾਹਲੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੁੰਦੀ, ਬਾਹਲੀਆਂ ਦੱਸਣ ਦੀ ਲੋੜ ਨਹੀਂ ਹੁੰਦੀ ਮੈਂ ਕਿੰਨੇ ਕੁ ਜੋਗਾਂ, ਠੀਕ ਹੈ ਨਾ। ਨਾ ਮੈਂ ਕਦੇ ਕਿਸੇ ਤੋਂ ਗਾਣੇ ਮੰਗ ਕੇ ਗਏ ਨੇ, ਅਤੇ ਨਾ ਮੈਨੂੰ ਕਿਸੇ ਦੀਆਂ ਕਿਸੇ ਨਾਲ ਕੋਈ ਕੰਪੈਰੀਜ਼ਨ ਨਹੀਂ ਮੇਰਾ। ਮੈਂ ਆਪਦੀ ਵਧੀਆ ਜ਼ਿੰਦਗੀ ਮੇਰੀ ਅਲੱਗ ਲੈਣਾ, ਮੈਂ ਆਪਦਾ ਕੰਮ ਕਰ ਰਿਹਾ, ਤੁਸੀਂ ਆਪਦਾ ਕਰ ਰਹੇ ਹੋ, ਹੈ ਨਾ, ਠੀਕ ਹੈ ਨਾ। ਕਰੋ ਸਾਰੇ ਵਧੀਆ, ਸਾਰੇ ਬੰਦਿਆਂ ਨੂੰ ਕੰਮ ਕਰਨਾ ਚਾਹੀਦਾ, ਬੰਦਾ ਪਰਸਨਲੀ ਕੋਈ ਮਾੜਾ ਨਹੀਂ ਹੁੰਦਾ। ਤੁਸੀਂ ਜਾਣ ਜਾਣ ਕੇ ਹੈ ਨਾ ਵੀ ਇਹ ਚੀਜ਼ਾਂ, ਨੈਗੇਟਿਵਿਟੀ ਨਾ ਕਰਿਆ ਕਰੋ ਮੇਰਾ ਵੀਰ, ਹੈ ਨਾ। ਮਤਲਬ ਵੀ ਇਹ ਇਕੱਲੀ ਮੇਰੇ ਲਈ ਨਹੀਂ ਬੁਰੀ, ਮੇਰਾ ਤਾਂ ਕੀ ਵਿਗਾੜ ਲੈਣਾ ਨੈਗੇਟਿਵਿਟੀ ਕਰਕੇ। ਮੈਂ ਤਾਂ ਆਪਦਾ 2 ਮਿੰਟ ਲਾਈਵ ਹੋਇਆ, ਮੈਂ ਬੰਦ ਕਰਕੇ ਆਪਦਾ ਕੰਮ ਕਰਨ ਲੱਗ ਗਿਆ, ਹੈ ਨਾ। ਸੋ ਇਹ ਕਿਸੇ ਦਾ ਕੁਛ ਨਹੀਂ ਜਾਂਦਾ ਹੁੰਦਾ, ਇਹ ਗੱਲਾਂ ਬਾਤਾਂ ਮਾਰਨ ਨਾਲ। ਸੋ ਪੋਜ਼ਿਟਿਵ ਰਿਹਾ ਕਰੋ ਮੇਰਾ ਭਰਾ, ਮੈਂ ਕਹਿਣਾ ਨਹੀਂ ਚਾਹੁੰਦਾ ਹੁੰਦਾ ਵੀ ਮੈਥੋਂ ਯਾਨੀ ਕਿ ਕਹਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਮੇਰਾ ਵੀਰ ਕੁਛ ਵੀ ਮੈਂ ਭੜਕਾਵਾਂ, ਵੀ ਮੈਂ ਬੋਲਾਂ ਅੱਗਿਆਂ, ਵੀ ਮੈਂ ਫਲਾਨਾ ਐਂ ਕਰ ਦੂੰ, ਮੈਂ ਉਹ ਕਰ ਦੂੰ, ਮੈਂ ਕੀ ਕੀਤਾ ਹਜੇ ਤੱਕ ਸਾਰਿਆਂ ਨੂੰ ਪਤਾ, ਠੀਕ ਹੈ, ਕਿੰਨੇ ਜੋਗਾ ਮੈਂ ਹੈਗਾ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਿਆ, ਅਤੇ ਜੋ ਅੱਗੇ ਮੇਰੀ ਕੈਪੇਬਿਲਿਟੀਜ਼ ਹੋਣਗੀਆਂ ਤੁਹਾਨੂੰ ਮੇਰੇ ਕੰਮ ਨੇ ਦੱਸ ਦੇਣੀ ਹੈ, ਠੀਕ ਹੈ, ਕੌਣ ਵਧੀਆ ਕਿਹੜਾ ਮਾੜਾ, ਕੰਮ